वाहिगुरु जी का खालसा, वाहिगुरु जी की फतेह। अकाजा देख रहे दर्शकों का दास गुरप्रीत सिंह को स्वागत करता है दिल्ली स्टूडियो। तो अज के प्रोग्राम च असीं तुहानूं दस्सण जा रहे हैं कि सोशल मीडिया से सिखां दे खिलाफ गैर जरूरी या अपद्र टिप्पणी करना बंद कर देन, क्योंकि उनका अंजाम जिहड़ा हैगा तुहानूं जेल तक लैके जा सकदा है, तुहाडे खिलाफ FIR भी दर्ज हो सकती है। जी हाँ, हाल ही दे विच 8 अगस्त को एक ऐसा मामला सामने आया कि जिस दे विच हिमाचल दे एक व्यक्ति वालों जो हैगा कि एक गलत टिप्पणी सिखा दे खिलाफ की गई सी, जिस दे विच 295 ए दा जिहड़ा हैगा मुकदमा जिहड़ा हैगा उहदे खिलाफ वह दायर हो चुका हैगा। और इस मामले तुहानूं दस दईए कि जो कश्मीर दे विच जो धारा 370 नूं हटाने दे बारे जो गल चली सी, उस तो बाद सुखबीर बादल वालों एक बयान सामने आया सीगा कि उन्होंने कहा कि जिस तरीके 370 हटाई गई हैगी है, हिमाचल दे विच भी जो कि 371 एक आर्टिकल हैगा जिस दे विच 118 ए नंबर दी जो कि हैगी है, 118 नंबर दे विच एग्रीकल्चर लैंड लैन तो यानी खेतीबाड़ी दा लैंड लैन तो उधर दे लोकां नूं जिहड़ा हैगा परमिशन नहीं मिलदी हैगी है, भावें उधर दा जंपल ही होवे। तो इसे करके उधर दे सिखां नूं भी इह समस्या आ रही सी। सो श्रोमणी अकाली दल दे प्रधान सुखबीर बादल वालों इस दी आवाज जो कि चुकी गई सीगी। वी आर बॉर्डर ऑफ पंजाब इज बॉर्डर ऑफ जम्मू कश्मीर। लॉट ऑफ पीपल फ्रॉम रेजिडेंट्स ऑफ जम्मू कश्मीर हैव सेटल डाउन इन पंजाब, दे बॉट लैंड इन पंजाब, दे डूइंग बिजनेस इन पंजाब, बट पीपल ऑफ पंजाब कांट गो टू जम्मू कश्मीर, दे कांट डू एनी बिजनेस देयर, सो व्हाई शुड देयर बी अ डिस्क्रिमिनेशन। आई ऑल्सो रिक्वेस्ट दैट देयर आर सर्टन अदर स्टेट्स ऑल्सो वेयर पीपल कांट बाय लैंड, आई थिंक दैट एक्ट शुड बी ऑल्सो चेंज। When you're always talking about one India, one nation, I think all states, should, every citizen of India should be able to travel everywhere, buy property everywhere, or do business everywhere, wherever he wants. ਉਹਨਾਂ ਵੱਲੋਂ ਦੱਸਿਆ ਗਿਆ ਕਿ ਵੀ 371 ਦੀ 118 ਹਟਾਈ ਜਾਵੇ, ਜਿਸ ਦੇ ਕਰਕੇ ਬਾਹਰ ਦੇ ਸਿੱਖ ਵੀ ਜਾਂ ਪੰਜਾਬ ਜਾਂ ਹਿਮਾਚਲ ਦੇ ਲੋਕਲ ਸਿੱਖ ਵੀ ਜਿਹੜਾ ਹੈਗਾ ਖੇਤੀਬਾੜੀ ਦੀ ਜ਼ਮੀਨ ਲੈ ਸਕਣ। ਫਿਲਹਾਲ ਇੱਕ ਪਰਮਿਸ਼ਨ ਸਰਕਾਰ ਤੋਂ ਲੈਣੀ ਪੈਂਦੀ ਹੈਗੀ ਆ ਐਗਰੀਕਲਚਰ ਲੈਂਡ ਖਰੀਦਣ ਵਾਸਤੇ, ਬਾਕੀ ਲੈਂਡ ਵਾਸਤੇ ਕੋਈ ਪਰੇਸ਼ਾਨੀ ਨਹੀਂ ਆ। ਪਰ ਜਦੋਂ ਸੁਖਬੀਰ ਬਾਦਲ ਦਾ ਬਿਆਨ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਉਸ ਬਿਆਨ ਦੇ ਉੱਪਰ ਰਮੇਸ਼ ਠਾਕੁਰ ਨਾਮ ਦੇ ਇੱਕ ਕਾਂਗਰਸ ਸੇਵਾ ਦਲ ਦੇ ਜੋ ਕਿ ਮੈਂਬਰ ਵੱਲੋਂ ਇੱਕ ਬੜਾ ਹੀ ਅਪਦਰ ਸਿੱਖਾਂ ਦੇ ਖਿਲਾਫ ਬਿਆਨ ਦਿੱਤਾ ਗਿਆ, ਜਿਹਦੇ ਵਿੱਚ ਲਿਖਿਆ ਗਿਆ ਕਿ ਪਗੜੀ ਢੂੰਡ ਕੇ ਨਹੀਂ ਮਿਲਣੀ, ਜ਼ਿਆਦਾ ਦਿਮਾਗ ਲਗਾਇਆ ਅਗਰ। ਸੋ ਇਸ ਬਿਆਨ ਦੇ ਉੱਪਰ ਹਿਮਾਚਲ ਦੇ ਸਿੱਖਾਂ ਨੂੰ ਹੋਰ ਸਾਰੀ ਸਿੱਖ ਸੰਗਤਾਂ ਵੱਲੋਂ ਇਸਦੀ ਜੋ ਕਿ ਨਿੰਦਾ ਕੀਤੀ ਗਈ, ਔਰ ਹਿਮਾਚਲ ਦੇ ਸਿੱਖਾਂ ਨੇ ਅੱਗੇ ਆਉਂਦੇ ਹੋਏ ਇਹਦਾ ਐਕਸ਼ਨ ਤੁਰੰਤ ਲੈਂਦੇ ਹੋਏ 8 ਅਗਸਤ ਨੂੰ ਤਕਰੀਬਨ ਦਿਨ ਦੇ ਟਾਈਮ ਔਰ ਤੋਂ ਸ਼ਾਮ ਦੇ ਟਾਈਮ ਜਿਹੜਾ ਹੈਗਾ ਉਧਰ ਦੇ ਥਾਣੇ ਦੇ ਵਿੱਚ ਜੋ ਕਿ ਹੈਗੀ ਹੈ ਜੋ ਕਿ ਸ਼੍ਰੀ ਗੁਰੂ ਸਿੰਘ ਸਭਾ ਸ਼ਿਮਲਾ ਦੇ ਕਮੇਟੀ ਵੱਲੋਂ ਔਰ ਉਧਰ ਦੇ ਪ੍ਰਧਾਨ ਸਾਹਿਬ ਜਸਵਿੰਦਰ ਸਿੰਘ ਦੀ ਟੀਮ ਨੇ ਰਲ ਕੇ SP ਸਾਹਿਬ ਨਾਲ ਮੁਲਾਕਾਤ ਕਰਕੇ ਇਹਦੇ ਉੱਪਰ ਜੋ ਕਿ ਕੰਪਲੇਂਟ ਦਰਜ ਕਰਾਈ। ਹੋਰ 295A ਦੀਆਂ ਮੁਕਦਮਾ ਵੀ ਜਿਹੜਾ ਉਹਦੇ ਉੱਪਰ ਦਾਇਰ ਹੋਇਆ, 295A ਦੀ ਤਾਰਾ ਵੀ ਜਿਸਦੇ ਵਿੱਚ ਕਿ ਦੂਸਰੇ ਦੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਜੋ ਗੱਲ ਹੁੰਦੀ ਹੈ ਉਹ ਮੁਕਦਮਾ ਵੀ ਲੱਗਿਆ। ਔਰ ਕਮਾਲ ਦੀ ਗੱਲ ਹੈਗੀ ਕਿ ਕੋਈ ਸਿਰਫ ਉਹਦੇ ਵੱਲੋਂ ਕਮੈਂਟ ਹੀ ਕੀਤਾ ਗਿਆ ਸੀਗਾ ਫੇਸਬੁੱਕ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ ਕੋਈ ਐਸੀ ਵੀਡੀਓ ਬਿਆਨ ਜਾਰੀ ਨਹੀਂ ਸੀ ਕੀਤਾ ਗਿਆ, ਕੋਈ ਇਹ ਗੱਲ ਨਹੀਂ ਸੀਗੀ। ਪਰ ਇੱਕ ਕਮੈਂਟ ਦੇ ਬਿਹਾਵ ਦੇ ਉੱਪਰ ਵੀ ਹਿਮਾਚਲ ਪੁਲਿਸ ਨੇ ਉਹਦੇ ਤੇ ਕਾਰਵਾਈ ਕਰਦੇ ਹੋਏ ਉਹਦੇ ਖਿਲਾਫ ਮੁਕਦਮਾ ਜੋ ਕਿ ਹੈ ਦਾਇਰ ਕੀਤਾ ਗਿਆ ਔਰ ਉਹਨੂੰ ਥਾਣੇ ਦੇ ਵਿੱਚ ਬੁਲਾਇਆ ਵੀ ਗਿਆ। ਮਾਮਲਾ ਫਿਲਹਾਲ ਕੋਰਟ ਦੇ ਵਿੱਚ ਵੀ ਜਾ ਚੁੱਕਾ ਹੈਗਾ। ਸੋ ਸੋਸ਼ਲ ਮੀਡੀਆ ਤੇ ਸਿੱਖਾਂ ਦੀ ਸ਼ਾਨ ਦੇ ਖਿਲਾਫ ਕਮੈਂਟ ਕਰਨ ਵਾਲੇ ਪੱਤਰ ਕਮੈਂਟ ਕਰਨ ਵਾਲੇ ਵੀ ਸਾਵਧਾਨ ਹੋ ਜਾਣ, ਕਿਉਂਕਿ ਤੁਹਾਡੇ ਉੱਪਰ ਵੀ ਹੁਣ 295A ਦਾ ਮੁਕਦਮਾ ਦਾਇਰ ਹੋ ਸਕਦਾ ਔਰ ਤੁਹਾਨੂੰ ਵੀ ਹੋ ਸਕਦੀ ਹੈ ਜੇਲ੍ਹ। ਔਰ ਤੁਹਾਨੂੰ ਸੰਗਤ ਜੀ ਇਸ ਮਾਮਲੇ ਦੇ ਨਾਲ ਜੋ ਕਿ ਸ਼ਿਮਲੇ ਦੇ ਉਸ ਜਥੇਬੰਦੀ ਨਾਲ ਵੀ ਤੁਹਾਨੂੰ ਜੋੜਾਂਗੇ, ਕਿਉਂਕਿ ਸ਼ਿਮਲਾ ਇੱਕ ਸਮੇਂ ਦੇ ਵਿੱਚ ਪੰਜਾਬ ਦੀ ਰਾਜਧਾਨੀ ਹੁੰਦਾ ਸੀਗਾ, ਪੰਜਾਬ ਦਾ ਹਿੱਸਾ ਹੁੰਦਾ ਸੀਗਾ। ਸੋ ਉਧਰ ਦੇ ਸਿੱਖਾਂ ਨੂੰ ਵੀ ਖੇਤੀਬਾੜੀ ਦਾ ਰਾਈਟ ਮਿਲੇ ਇਸ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਵੱਲੋਂ ਕਿ ਆਵਾਜ਼ ਜੋ ਹੈ ਚੁੱਕੀ ਗਈ ਸੀਗੀ। ਆਓ ਤੁਹਾਨੂੰ ਉਧਰ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਜੀ ਨਾਲ ਤੁਹਾਨੂੰ ਜੋੜਦੇ ਹਾਂ। ਜੀ ਸੰਗਤ ਜੀ, ਇਸ ਟਾਈਮ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਰਦਾਰ ਜਸਵਿੰਦਰ ਸਿੰਘ ਜੀ ਜੁੜ ਚੁੱਕੇ ਨੇ, ਜੋ ਕਿ ਪ੍ਰੈਜ਼ੀਡੈਂਟ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਿਮਲਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਔਰ ਉਹਨਾਂ ਦੀ ਟੀਮ ਨੇ ਰਲ ਮਿਲ ਕੇ 8 ਤਰੀਕ ਨੂੰ ਇਸ ਮਾਮਲੇ ਦੇ ਵਿੱਚ FIR ਜਿਹੜੀ ਹੈਗੀ ਜੋ ਦਰਜ ਕਰਾਈ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਸਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪ ਜੀ ਦਾ ਅਕਾਲ ਚੈਨਲ ਤੇ, ਔਰ ਜੋ ਆਪ ਜੀ ਵੱਲੋਂ ਅਸੀਂ ਜਾਣਨਾ ਚਾਹਾਂਗੇ ਜੋ ਕੀ ਜੋ ਕਿ ਸਾਰਾ ਮਾਮਲਾ ਸੀਗਾ ਜੋ ਤੁਸੀਂ ਜੋ 371 ਨੂੰ ਲੈ ਕੇ ਜੋ ਕਮੈਂਟ ਕੀਤਾ ਗਿਆ ਸੀਗਾ ਸੁਖਬੀਰ ਬਾਦਲ ਦੇ ਬਿਆਨ ਤੇ ਔਰ ਸ਼ਿਮਲਾ ਦੇ ਇੱਕ ਬੰਦੇ ਵਰਗੋ ਔਰ ਕਾਂਗਰਸ ਦੇ ਇੱਕ ਬੰਦੇ ਵਰਗੋ ਤੇ ਤੁਸੀਂ ਉਹਦੇ ਉੱਪਰ ਇੱਕ ਬੜਾ ਹਾਅ ਦਾ ਨਾਰਾ ਮਾਰਦੇ ਹੋਏ ਇੱਕ
ਇਹਦੀ ਜਿਹੜੀ ਨਿੰਦਾ ਕੀਤੀ ਹੋਰ ਦੂਸਰਾ ਸੰਗਤਾਂ ਮੋਰਚੇ ਦੇ ਤੌਰ ਤੇ ਜਾ ਕੇ ਐਫ ਆਈ ਆਰ ਵੀ ਤੁਸੀਂ ਦਰਜ ਕਰਾਈ ਹੈ, ਕਿਸ ਤਰੀਕੇ ਤੁਹਾਨੂੰ ਇਸ ਸਾਰੇ ਮਾਮਲੇ ਬਾਰੇ ਪਤਾ ਲੱਗਾ? ਜੀ ਅਸੀਂ ਐਕਚੁਅਲ ਜਿਹੜਾ ਸੁਖਬੀਰ ਬਾਦਲ ਜੀ ਨੇ 371 ਦੇ ਉੱਤੇ ਲੋਕ ਸਭਾ ਤੇ ਮੇਰੇ ਖਿਆਲ ਬਿਆਨ ਦਿੱਤਾ ਸੀਗਾ 118 ਕੀ ਹਿਮਾਚਲ ਦੀ 118 ਵੀ ਖਤਮ ਹੋਣੀ ਚਾਹੀਦੀ ਹੈ ਤੇ ਕਿ ਅਸੀਂ ਹਿਮਾਚਲ ਚ ਲੈਂਡ ਪਰਚੇਸ ਕਰ ਸਕੀਏ। ਉਹਦੇ ਉੱਤੇ ਬੇਸਿਕਲੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇਹ ਵਾਇਰਲ ਹੋਈ ਸੀ ਚੀਜ਼, ਤੇ ਉਹਦੇ ਚ ਇੱਕ ਸ਼ਿਮਲੇ ਦਾ ਬੰਦਾ ਸੀਗਾ, ਉਹਨੇ ਪਗੜੀ ਦੇ ਉੱਤੇ ਬੜਾ ਗੰਦਾ ਕਮੈਂਟ ਕੀਤਾ ਪਿਆ ਸੀ, ਤੁਹਾਨੂੰ ਧੁੰਦਿਆਂ ਵੀ ਨੀ ਲੱਭੇਗੀ। ਤੇ ਅਸੀਂ ਫਿਰ ਉਹ ਸਾਨੂੰ ਆਈਡੀਆ ਨੀ ਲੱਗਾ ਬੰਦਾ ਸ਼ਿਮਲੇ ਦਾ, ਪਤਾ ਲੱਗਿਆ ਕਿ ਬੰਦਾ ਸ਼ਿਮਲੇ ਦਾ ਹੈਗਾ। ਸ਼ਾਮ ਦੇ ਟਾਈਮ ਸਾਨੂੰ ਪਤਾ ਲੱਗਿਆ ਇਹਦੇ ਬਾਰੇ, ਤੇ ਅਸੀਂ ਨਾਲ ਹੀ ਐਸਪੀ ਨਾਲ ਗੱਲ, ਐਸਪੀ ਸਾਹਿਬ ਐਸਪੀ ਸ਼ਿਮਲਾ ਨਾਲ ਗੱਲ ਕੀਤੀ। ਐਸਪੀ ਸ਼ਿਮਲਾ ਨੇ ਕਿਹਾ ਕਿ ਸਦਰ ਜਾ ਕੇ ਕੰਪਲੇਂਟ ਦਰਜ ਕਰਾ ਲਓ। ਅਸੀਂ ਜਾਂਦੇ ਹੀ ਐਸਐਚਓ ਨੂੰ ਕੰਪਲੇਂਟ ਦਰਜ ਕਰਾਈ ਸ਼ਿਮਲਾ ਸਦਰ ਥਾਣੇ ਦੇ ਉੱਤੇ, ਤੇ ਇਮੀਡੀਏਟਲੀ ਉਹਨਾਂ ਨੇ ਐਫਆਈਆਰ ਲਾਂਚ ਕਰਕੇ ਸਾਡੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਠੀਕ ਹੈ ਜੀ, ਯਾਨੀ ਕਿ ਸ਼ਿਮਲਾ ਦੇ ਵਿੱਚ ਤੁਹਾਡੇ ਵੱਲੋਂ ਐਫਆਈਆਰ ਲਾਂਚ ਕਰਾਈ ਗਈ ਸੀ? ਹਾਂਜੀ ਹਾਂਜੀ, ਸ਼ਿਮਲਾ ਦੇ ਵਿੱਚ ਦੋ ਧਾਰਾਵਾਂ ਲੱਗੀਆਂ, ਮੈਂ ਕਹਿੰਦਾ 295A ਤੇ 505। ਠੀਕ ਹੈ, 295 ਲੱਗ ਗਈ ਆ? ਹਾਂਜੀ ਹਾਂਜੀ ਹਾਂਜੀ। ਠੀਕ ਹੈ, ਬਹੁਤ ਇੱਕ ਵੱਡੀ ਜਿੱਤ ਹੈਗੀ ਹੈ ਸੰਗਤ ਜੀ, ਕਿਉਂਕਿ 295A ਲਗਾਨ ਆ ਜਿਹੜਾ ਹੈਗਾ ਇੱਕ ਪੂਰਾ ਇੱਕ ਜਦੋਂ ਕਮਿਊਨਿਟੀ ਦੇ ਖਿਲਾਫ ਕੋਈ ਕਮੈਂਟ ਕੀਤਾ ਜਾਂਦਾ ਹੈਗਾ, ਔਰ ਉਹ ਵੀ ਸੋਸ਼ਲ ਮੀਡੀਆ ਤੇ ਕਮੈਂਟ ਹੋਇਆ, ਤੇ ਉਸ ਦੇ ਵਿੱਚ ਜਿਹੜਾ ਹੈਗਾ ਉੱਥੇ 295A ਲੱਗੀ ਆ। ਹਿਮਾਚਲ ਪੁਲਿਸ ਨੂੰ ਵੀ ਅਸੀਂ ਖਾਸ ਆਪਣੇ ਤੌਰ ਤੇ ਇਸ ਮਾਮਲੇ ਧੰਨਵਾਦ ਕਰਾਂਗੇ ਕਿ ਜਿਨ੍ਹਾਂ ਨੇ ਸਿੱਖਾਂ ਦੀ ਭਾਵਨਾ ਨੂੰ ਸਮਝਦੇ ਹੋਏ 295 ਬਹੁਤ ਜਲਦ ਲਗਾਇਆ। ਨਹੀਂ ਤੇ ਜਸਵਿੰਦਰ ਜੀ, ਦਿੱਲੀ ਦੇ ਵਿੱਚ ਅਸੀਂ ਦੱਸ ਦਈਏ ਕਿ ਜੋ ਮੁਖਰਜੀ ਨਗਰ ਦਾ ਕੇਸ ਹੋਇਆ ਸੀਗਾ, ਅੱਜ 2 ਮਹੀਨੇ ਤਕਰੀਬਨ ਹੋਣ ਜਾ ਰਹੇ ਨੇ, ਲਗਾਤਾਰ ਥਾਣੇ ਦੇ ਬਾਹਰ ਪ੍ਰੋਟੈਸਟ ਚੱਲਦਾ ਪਿਆ, ਹਜੇ ਵੀ 295 ਦੀ ਮੰਗ ਕੀਤੀ ਜਾ ਰਹੀ ਹੈ, ਉਹ ਕਾਮਯਾਬ ਨਹੀਂ ਹੋ ਪਾ ਰਹੀ ਹੈ। ਬਹੁਤ ਵੱਡੀ ਜੋ ਕਿ ਤੁਹਾਨੂੰ ਇੱਕ ਹੌਸਲਾ ਅਫਜਾਈ ਸਿੱਖ ਸੰਗਤ ਵੱਲੋਂ ਵੀ ਹੋਰ ਅਕਾਲ ਚੰਦ ਵੱਲੋਂ ਵੀ ਹੈਗੀ ਹੈ ਕਿ ਤੁਸੀਂ ਜੋ ਕਿ ਕੁਛ ਹੀ ਸਮੇਂ ਦੇ ਵਿੱਚ ਜਿਹੜਾ ਹੈਗਾ 295 ਲਗਵਾਉਣ ਦੇ ਵਿੱਚ ਕਾਮਯਾਬ ਹੋਏ ਹੋਏ ਹੋ। ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦਾ ਕੋਆਪਰੇਸ਼ਨ ਤੁਹਾਨੂੰ ਮਿਲਿਆ, ਤਕਰੀਬਨ ਕਿੰਨਾ ਟਾਈਮ ਲੱਗਾ ਸੀਗਾ ਲਗਵਾਉਣ 'ਚ? ਹਿਮਾਚਲ ਸੱਚੀ ਹੀ ਦੇਵ ਭੂਮੀ ਹੈਗੀ ਹੈ, ਹਿਮਾਚਲ ਦੇ ਵਿੱਚ ਪੁਲਿਸ ਬਹੁਤ ਕੋਆਪਰੇਟ ਕਰਦੀ ਹੈ ਸਾਨੂੰ, ਔਰ ਇਮੀਡੀਏਟਲੀ ਉਹਨਾਂ ਨੇ ਸਾਡੇ ਬੋਲਣ ਤੋਂ ਬਗੈਰ ਹੀ 295 ਔਰ 505 ਦੋਨੋਂ ਧਾਰਾਵਾਂ ਲਗਾਈਆਂ, ਔਰ ਬੰਦੇ ਨੂੰ ਇਮੀਡੀਏਟਲੀ ਬੁਲਾਇਆ ਵੀ ਗਿਆ ਉਹਨਾਂ ਨੇ, ਕਿਹਾ ਕਿ ਪੂਰੀ ਕਾਰਵਾਈ ਹੋਏਗੀ, ਤੁਹਾਡਾ ਫਰਜ਼ ਸੀਗਾ ਤੁਸੀਂ ਨਿਭਾਤਾ, ਹੁਣ ਅਗਲਾ ਫਰਜ਼ ਸਾਡਾ ਆਪਣਾ, ਅਸੀਂ ਆਪਣੇ ਆਪ ਨਿਪਟਾਵਾਂਗੇ ਜੋ ਕਰਨਾ ਸੀ ਆਪਣੇ। ਤਕਰੀਬਨ ਫਿਰ ਵੀ ਕਿੰਨਾ ਟਾਈਮ ਲੱਗਾ 295 ਦੇ ਵਾਸਤੇ, ਕੀ ਸਮਝਾਉਣ ਦੇ ਵਿੱਚ ਕੋਈ ਪਰੇਸ਼ਾਨੀ ਤੇ ਨਹੀਂ ਆਈ ਪ੍ਰਸ਼ਾਸਨ ਨੂੰ, ਕਿ ਉਹ ਈਜ਼ੀਲੀ ਸਮਝ ਲਏ ਸੀ? ਕੁਝ ਨਹੀਂ, ਪ੍ਰਸ਼ਾਸਨ ਨੇ ਸਾਨੂੰ ਪੂਰਾ ਸਹਿਯੋਗ ਕੀਤਾ, ਹਰ ਇੱਕ ਚੀਜ਼ ਦੇ ਉੱਤੇ ਸਾਡੇ ਨਾਲ ਖੜੇ ਰਹੇ, ਕੋਈ ਐਸੀ ਦਿੱਕਤ ਨਹੀਂ ਸੀ। ਕਿੰਨਾ ਟਾਈਮ ਲੱਗਾ ਹੋਏਗਾ? 2 ਘੰਟੇ 3 ਘੰਟੇ? ਸਾਨੂੰ 1 ਘੰਟੇ ਦੇ ਵਿੱਚ ਸਾਰਾ ਸਿਸਟਮ। ਕੀ ਬਾਤ ਹੈ, ਕੀ ਬਾਤ ਹੈ, 1 ਘੰਟੇ ਦੇ ਵਿੱਚ ਕਮਾਲ ਕਰ ਦਿੱਤਾ। ਹਾਂਜੀ ਹਾਂਜੀ, 1 ਘੰਟੇ ਦੇ ਵਿੱਚ। ਸਿੱਖ ਸੰਗਤਾਂ ਦਾ ਆਪਾਂ ਜੇ ਗੱਲ ਕਰੀਏ, ਕਿੰਨੇ ਸਿੱਖ ਸੰਗਤਾਂ ਉੱਥੇ ਮੌਜੂਦ ਸੀਗੀਆਂ? ਸਾਡੇ ਨਾਲ ਅਸੀਂ 10-12 ਬੰਦੇ ਸੀਗੇ, ਮੌਜੂਦ ਉੱਥੇ ਗਏ ਸੀਗੇ ਥਾਣੇ 'ਚ। ਇਮੀਡੀਏਟਲੀ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਐਵੇਂ ਅੱਜ ਦਿੱਕਤ ਕੀਤੀ ਉਹਨਾਂ ਨੂੰ, ਅਸੀਂ ਐਫ ਆਈ ਆਰ ਵਾਸਤੇ ਡਾਕੂਮੈਂਟਸ ਪੇਸ਼ ਕੀਤੇ ਆਪਣੇ ਮੋਬਾਈਲ 'ਚ, ਜਿੱਥੇ ਉਹ ਆਇਆ ਤਾਂ ਅਸੀਂ ਸੋਸ਼ਲ ਮੀਡੀਆ 'ਚ ਅਸੀਂ ਉਹ ਦਿਖਾਇਆ, ਤੇ ਬਸ ਉਹਨਾਂ ਨੇ ਇਮੀਡੀਏਟਲੀ ਉਹਨਾਂ ਨੇ ਕਿਹਾ ਸਾਨੂੰ ਆਪਣੇ ਐਪਲੀਕੇਸ਼ਨ ਦੇ ਦਿਓ, ਤੇ ਨਾਲ ਹੀ ਉਹਨਾਂ ਨੇ ਐਫ ਆਈ ਆਰ ਲਾਂਚ ਕਰਤੀ ਸੀ। ਕਾਂਗਰਸ ਦਾ ਸੇਵਾ ਦਲ ਜਿਹੜਾ ਹੈਗਾ, ਉਹਨਾਂ ਦਾ ਕੋਈ ਲੀਡਰ ਹੈਗਾ, ਉਹਨੂੰ ਪਤਾ ਲੱਗ ਗਿਆ ਸੀ, ਬਾਅਦ ਚੋਂ ਮਾਫ਼ੀਆਂ ਵੀ ਮੰਗਣ ਨੂੰ ਤਿਆਰ ਸੀਗਾ, ਮਗਰ ਇਹ ਪੁਲਿਸ ਨੇ ਕਾਰਵਾਈ ਕਰਤੀ ਹੈ, ਸਾਨੂੰ ਕੋਈ ਐਸੀ ਦਿੱਕਤ ਨਹੀਂ ਸੀਗੀ, ਤੇ ਹੁਣ ਕੋਰਟ ਦੇ ਵਿੱਚ ਹੀ ਜੋ ਹੋਏਗਾ ਸਾਰਾ ਕੁਝ ਕੋਰਟ 'ਚ। ਅਰੈਸਟ ਵੀ ਹੋਈ ਹੈ ਇਸ ਮਾਮਲੇ ਦੇ ਵਿੱਚ ਜਾਂ ਮਾਮਲਾ ਕੋਰਟ 'ਚ? ਅਰੈਸਟ ਇਮੀਡੀਏਟਲੀ ਮੇਰੇ ਖਿਆਲ ਨਾਲ ਇਹਦੇ 'ਚ ਜ਼ਮਾਨਤ ਹੋ ਜਾਂਦੀ ਹੈ। ਪੁਲਿਸ ਉਹਨਾਂ ਨੇ ਅੱਜ ਉਹਨੂੰ ਬੁਲਾਇਆ ਸੀਗਾ, ਮੈਂ ਕਿਹਾ ਉਹਦਾ ਮੋਬਾਈਲ ਵੀ ਜ਼ਬਤ ਕੀਤਾ, ਤੇ ਸਾਰੀ ਕਾਰਵਾਈ ਵੀ ਕੀਤੀ ਉਹਦੇ ਅਗੇਂਸਟ ਜੋ ਵੀ ਹੈ, ਕਿਉਂਕਿ ਉਹ ਆਇਓ ਜਿਹੜਾ ਇਹ ਕੇਸ ਨੂੰ ਡੀਲ ਕਰ ਰਹੇ ਹੈਗੇ ਹੈ, ਉਹਨਾਂ ਨੇ ਕੋਈ ਦੱਸਿਆ ਸੀ ਕਿ ਮਾਫ਼ੀਆਂ ਮੰਗਣ ਨੂੰ ਤਿਆਰ ਸੀਗਾ, ਮਗਰ ਹਿਮਾਚਲ ਦੇ ਵਿੱਚ ਵੀ ਰਹਿੰਦੀਆਂ ਨੇ, ਉਹ ਵੀ ਜੇ ਕੋਈ ਉਹਨਾਂ ਦੇ ਖਿਲਾਫ਼ ਕੋਈ ਸ਼ਾਨ ਦੇ ਖਿਲਾਫ਼ ਗੱਲ ਕਰਦਾ ਹੈ, ਜਦੋਂ ਅਸੀਂ ਕਿਸੇ ਦੇ ਧਰਮ ਨੂੰ ਠੇਸ ਪਹੁੰਚਾਉਂਦੇ, ਉਹ ਕਿਸੇ ਹੋਰ ਆਦਮੀ ਨੂੰ ਵੀ ਹੱਕ ਨੀ ਹੋਣਾ ਚਾਹੀਦਾ ਕਿ ਸਾਡੇ ਧਰਮ ਦੇ ਪ੍ਰਤੀ ਕੋਈ ਅਸੀਂ ਗੱਲ ਕਰੇ ਜਿਹੜੀ ਸਾਨੂੰ ਆਹਤ ਕਰੇ, ਤੋ ਉਹ ਸਾਨੂੰ ਚੰਗੇ ਨਹੀਂ ਲੱਗੇ, ਤਾਂ ਉਹਦੇ ਵਿੱਚ ਨਹੀਂ ਕਰਨਾ ਚਾਹੀਦਾ। ਠੀਕ ਹੈ ਜਸਵਿੰਦਰ, ਦੁੱਖ ਤਕਲੀਫ ਨੂੰ ਬਹੁਤ ਅੱਛੀ ਗੱਲ ਹੈ। ਇਸ ਮਾਮਲੇ ਥੋੜਾ ਜਾਨਣਾ ਚਾਹਾਂਗੇ ਕਿ ਜੋ ਸੁਖਬੀਰ ਬਾਦਲ ਦੇ ਬਿਆਨ ਬਾਰੇ ਥੋੜੀ ਜਿਹੀ ਗੱਲਬਾਤ ਕਰਦੇ ਹਾਂ, ਕਿ ਜੋ 371 ਦੇ ਵਿੱਚ ਜੋ 118 ਸੈਕਸ਼ਨ ਦੀ ਗੱਲ ਕੀਤੀ ਗਈ ਆ, ਜੋ ਕਿ ਹਿਮਾਚਲ ਦੇ ਵਿੱਚ ਜੋ ਬਾਹਰ ਦੇ ਲੋਕ ਹੈਗੇ ਨੇ ਜਾਂ ਭਾਵੇਂ ਜੋ ਸਿੱਖ ਵੀ ਹੈਗੇ ਨੇ, ਉਹਨਾਂ ਨੂੰ ਐਗਰੀਕਲਚਰ ਲੈਂਡ ਲੈਣ ਤੋਂ ਉਹਦੇ ਵਿੱਚ ਜੋ ਕਿ ਬਾਹਰ ਕੀਤਾ ਜਾਂਦਾ ਹੈਗਾ, ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਥੋੜਾ ਇਸ ਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ? ਬੇਸਿਕਲੀ ਜਿਵੇਂ ਅਸੀਂ ਲੋਕ ਜੰਪਾਂ ਲਈ ਸ਼ਿਮਲੇ ਦੇ ਹਾਂ, ਜੇਕਰ ਇੱਥੇ ਕੋਈ ਐਗਰੀਕਲਚਰਸ ਨਹੀਂ ਹੈ, ਜਿਹਦੇ ਕੋਲ ਐਗਰੀਕਲਚਰ ਲੈਂਡ ਨਹੀਂ ਹੈ,
ਤੇ ਉਹ ਲੈਂਡ ਪਰਚੇਜ ਨਹੀਂ ਕਰ ਸਕਦਾ। ਬਿਲਟ ਅਪ ਏਰੀਆ ਚ ਅਸੀਂ ਸਾਨੂੰ ਕਾਰਪੋਰੇਸ਼ਨ ਵਿਦ ਇਨ ਕਾਰਪੋਰੇਸ਼ਨ ਅਸੀਂ ਕੁਛ ਬਿਲਟ ਅਪ ਚੀਜ਼ ਪਰਚੇਜ ਕਰ ਸਕਦੇ ਹਾਂ, ਕੋਈ ਦਿੱਕਤ ਨਹੀਂ ਹੈਗੀ ਹੈ। ਜੋ ਲੈਂਡ ਨਹੀਂ ਪਰਚੇਜ ਕਰਦੇ, ਲੈਂਡ ਪਰਚੇਜ ਕਰਨ ਵਾਸਤੇ ਸਾਨੂੰ ਪਰਮਿਸ਼ਨ ਚਾਹੀਦੀ ਹੁੰਦੀ ਹੈ ਸਰਕਾਰ ਦੀ, ਔਰ ਲੈਣ ਵਕਤ ਵੀ ਚਾਹੀਦੀ ਹੁੰਦੀ ਹੈ ਔਰ ਵੇਚਣ ਵਕਤ ਵੀ ਚਾਹੀਦੀ ਹੈ, ਠੀਕ ਹੈ, ਦੋਨੋਂ ਟਾਈਮ ਦੇ ਵਿੱਚ। ਅਦਰਵਾਈਜ਼ ਜਿਹਦੇ ਕੋਲ 118 ਲੱਗੀ ਪਈ ਹੈ ਇੱਥੇ ਧਾਰਾ, ਤੇ ਉਹਦੇ ਉਹਦੇ ਉੱਤੇ ਅਸੀਂ ਲੈਂਡ ਪਰਚੇਜ ਨਹੀਂ ਕਰ ਸਕਦੇ। ਐਗਰੀਕਲਚਰਿਸਟ ਹੋਣਾ, ਹਿਮਾਚਲ ਹਿਮਾਚਲੀ ਐਗਰੀਕਲਚਰਿਸਟ ਹੋਣਾ ਚਾਹੀਦਾ, ਤਾਂ ਹੀ ਲੈਂਡ ਪਰਚੇਜ ਕਰ ਸਕਾਂਗੇ। ਹਿਮਾਚਲ ਐਗਰੀਕਲਚਰ ਸਰਟੀਫਿਕੇਟ ਜਿਹਦੇ ਕੋਲ ਹੋਏਗਾ ਉਹੀ ਪਰਚੇਜ ਕਰ, ਠੀਕ ਹੈ ਠੀਕ ਹੈ ਠੀਕ ਹੈ। ਤੇ ਕੀ ਇਹ ਸਿਰਫ ਹਿਮਾਚਲ ਦੇ ਲੋਕਾਂ ਨੂੰ ਹੀ ਪਰਮਿਸ਼ਨ ਲੈਣੀ ਪੈਂਦੀ ਹੈ, ਜਾਂ ਕਿਉਂਕਿ ਪਹਿਲੇ ਜੇ ਗੱਲ ਕਰੀਏ ਤੇ ਜੋ ਕਿ ਇਹ ਪੰਜਾਬ ਹੀ ਹੁੰਦਾ ਸੀਗਾ, ਸ਼ਿਮਲਾ ਸਾਡੀ ਪੰਜਾਬ ਦੀ ਇਸ ਵੱਡੇ ਪੈਪਸੂ ਦੀ ਰਾਜਧਾਨੀ ਹੁੰਦੀ ਸੀਗੀ, ਤੇ ਜੇ ਉਧਰ ਦੇ ਸਿੱਖ ਤੇ ਕੋਈ ਅੱਜ ਦੇ ਨਵੇਂ ਨਹੀਂ ਰਹਿਣੇ, ਉਹ ਕਾਫੀ ਟਾਈਮ ਤੋਂ ਰਹਿੰਦੇ ਪਏ ਹੈ, ਕਿ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਲੈਣ ਦੇ ਵਾਸਤੇ ਜੋ ਕਿ ਅਵੋਇਡੇਸ਼ਨ ਹੈਗੀ ਹੈ ਜੀ। ਐਕਚੁਅਲ ਚਾਹੇ ਉਹ ਸਿੱਖ ਹੈ, ਚਾਹੇ ਉਹ ਬਾਹਰੋਂ ਆਇਆ, ਚਾਹੇ ਹਿਮਾਚਲੀ ਵੀ ਹੈ, ਜਿਨ੍ਹਾਂ ਨੇ ਆਪਣੀ ਲੈਂਡ ਐਗਰੀਕਲਚਰ ਸੇਲ ਆਊਟ ਕਰ ਚੁੱਕੇ, ਜਿਨ੍ਹਾਂ ਦੇ ਬਜ਼ੁਰਗ ਇੱਥੇ ਰਹਿੰਦੇ ਸੀਗੇ, ਉਹ ਸੇਲ ਆਊਟ ਕਰ ਚੁੱਕੇ ਆ, ਉਹ ਸ਼ਹਿਰਾਂ 'ਚ ਆ ਚੁੱਕੇ ਆ, ਸ਼ਿਫਟ ਹੋ ਚੁੱਕੇ ਆ, ਉਹਨਾਂ ਲੋਕਾਂ ਵਾਸਤੇ ਵੀ ਸੇਮ ਪ੍ਰੋਸੈਸ ਹੈ ਜੋ ਸਾਡੇ ਲੋਕਾਂ ਵਾਸਤੇ। ਓਕੇ, ਇੱਕੋ ਵਾਸਤੇ, ਸਾਰਿਆਂ ਵਾਸਤੇ ਇੱਕ ਸੇਮ ਪ੍ਰੋਸੈਸ ਹੈਗਾ, ਕਿ ਅਸੀਂ ਸਰਕਾਰ ਦੇ ਅੱਗੇ ਬੜੀ ਵੱਡੀ ਡਿਮਾਂਡ ਰੱਖੀ ਹੈ ਕਿ ਇਹਨਾਂ ਨੂੰ ਥੋੜ੍ਹਾ ਰਿਲੈਕਸ ਕੀਤਾ ਜਾਏ। ਜਿਹੜੇ ਲੋਕ 1972 ਤੋਂ ਪਹਿਲਾਂ ਦੇ ਇੱਥੇ ਗਏ, ਦੇ ਸ਼ੁੱਡ ਬੀ ਗਿਵਨ ਰਾਈਟ ਟੂ ਪਰਚੇਸ ਐਨ ਐਗਰੀਕਲਚਰ ਲੈਂਡ। ਠੀਕ ਹੈ ਠੀਕ ਹੈ ਜੀ। ਕੋਈ ਜਸਵਿੰਦਰ ਸਿੰਘ ਜੀ, ਅਕਾਲ ਚੰਦ ਦੇਖ ਰਹੇ ਦਰਸ਼ਕਾਂ ਨੂੰ, ਆਪਣੇ ਵੱਲੋਂ ਕੋਈ ਸੁਨੇਹਾ ਦੇਣਾ ਚਾਹੋਗੇ? ਬਸ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਨੂੰ ਤੋਂ ਇਹ ਸਿੱਖੀ ਚੜ੍ਹਦੀ ਕਲਾ ਚ ਰਹੇ ਮਹਾਰਾਜ, ਬਖਸ਼ਿਸ਼ ਕਰਨ ਕਿ ਸਾਰੇ ਅਸੀਂ ਆਪਣੇ ਸਿੱਖੀ ਸਰੂਪ ਨੂੰ ਪੂਰਾ ਕਰਕੇ ਚੱਲ ਸਕੀਏ ਔਰ ਮਹਾਰਾਜ ਦੇ ਸੰਦੇਸ਼ਾਂ ਦੇ ਉੱਤੇ ਚੱਲ ਸਕੀਏ। ਠੀਕ, ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਸਿੰਘ ਜੀ, ਅੱਜ ਬਹੁਤ ਬਹੁਤ ਧੰਨਵਾਦ, ਗੁਰਫਤਿਹ ਦੀ ਸਾਂਝ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਹੁਤ ਬਹੁਤ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੋਲ।